ਜਨਮ ਲੈਣ ਤੋਂ ਇੱਕ ਦਿਨ ਬਾਅਦ ਹੀ ਮਾਪਿਆਂ ਤੋਂ ਵਿਛੜ ਗਿਆ ਪੁੱਤ। ਸੜਕ ਹਾਦਸੇ 'ਚ ਇੱਕ ਦਿਨ ਦੇ ਬੱਚੇ ਦੀ ਗਈ ਜਾਨ। ਬੇਹੱਦ ਦੁਖਦਾਈ ਖਬਰ ਹੈ, ਇੱਕ ਨਵਜੰਮੇ ਬੱਚੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਜਨਮ ਤੋਂ ਇੱਕ ਦਿਨ ਬਾਅਦ ਹੀ ਇਸ ਬੱਚੇ ਦੀ ਜਾਨ ਚਲੀ ਗਈ ਹੈ ਤੇ ਨਵਜੰਮਿਆ ਬੱਚਾ ਆਪਣੇ ਮਾਪਿਆਂ ਤੋਂ ਵਿਛੜ ਗਿਆ ਹੈ। ਤਾਂ ਦੱਸ ਦਈਏ ਕਿ ਦੁਖਦਾਈ ਖਬਰ ਹੈ, ਭਿਆਨਕ ਹਾਦਸਾ ਵਾਪਰਿਆ ਹੈ। ਇੱਕ ਕਾਰ ਗੰਨੇ ਦੀ ਭਰੀ ਹੋਈ ਟਰਾਲੀ ਦੇ ਵਿੱਚ ਵੱਜਦੀ ਹੈ, ਜਿਸ ਕਾਰਨ ਜੋ ਮਾਂ ਆਪਣੀ ਗੋਦ ਦੇ ਵਿੱਚ ਬੱਚੇ ਨੂੰ ਲੈ ਕੇ ਜਾ ਰਹੀ ਹੁੰਦੀ ਹੈ ਉਹ ਵੀ ਗੰਭੀਰ ਜ਼ਖਮੀ ਹੋ ਜਾਂਦੀ ਹੈ ਤੇ ਛੋਟਾ ਮਾਸੂਮ ਬੱਚਾ ਜੋ ਹਾਲੇ ਹੁਣੇ ਹੁਣੇ ਦੁਨੀਆਂ ਦੇ ਵਿੱਚ ਆਇਆ ਸੀ ਉਹ ਵੀ ਇਸ ਜਹਾਨ ਤੋਂ ਕੂਚ ਕਰ ਜਾਂਦਾ ਹੈ। ਸੜਕ ਹਾਦਸੇ 'ਚ ਇੱਕ ਬੱਚੇ ਦੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਸਰਕਾਰੀ ਹਸਪਤਾਲ ਮੁਕੰਦਪੁਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਸੀ ਤੇ ਡਾਕਟਰਾਂ ਨੇ ਹੋਰ ਦਵਾਈ ਦੇ ਲਈ ਉਸ ਨੂੰ ਬੰਗਾ ਹਸਪੀਟਲ 'ਚ ਰੈਫਰ ਕੀਤਾ ਸੀ, ਪਰ ਜਦੋਂ ਇਹ ਬੱਚੇ ਨੂੰ ਕਾਰ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਗੰਨੇ ਦੀ ਭਰੀ ਹੋਈ ਇੱਕ ਟਰਾਲੀ ਪਲਟੀ ਹੋਈ ਸੀ, ਜਿਸ ਦੇ ਵਿੱਚ ਇਹ ਕਾਰ ਵੱਜਦੀ ਹੈ, ਜਿਸ ਕਾਰਨ ਕਾਰ ਸਵਾਰ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਬੱਚੇ ਦੀ ਮਾਂ ਦੇ ਵੀ ਸੱਟਾਂ ਲੱਗਦੀਆਂ ਨੇ ਤੇ ਛੋਟਾ ਮਾਸੂਮ ਬੱਚਾ ਵੀ ਗੰਭੀਰ ਜ਼ਖਮੀ ਹੋ ਜਾਂਦਾ ਹੈ ਤੇ ਦਮ ਤੋੜ ਦਿੰਦਾ ਹੈ। ਤਾਂ ਸੜਕ ਹਾਦਸੇ 'ਚ ਇੱਕ ਨਵਜੰਮੇ ਬੱਚੇ ਦੀ ਮੌਤ ਹੋਈ ਹੈ। ਨਵਾਂ ਸ਼ਹਿਰ ਤੋਂ ਖਬਰ ਹੈ, ਜਿੱਥੇ ਮੁਕੰਦਪੁਰ ਦੇ ਹੋਸਪਿਟਲ ਦੇ ਵਿੱਚ ਬੱਚੇ ਨੇ ਜਨਮ ਲਿਆ ਸੀ ਤੇ ਮਾਂ ਪਿਓ ਬੇਹੱਦ ਖੁਸ਼ ਸਨ, ਪੁੱਤ ਨੇ ਜਨਮ ਲਿਆ ਏ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਬਾਅਦ ਹੀ ਉਹਨਾਂ ਦਾ ਬੱਚਾ ਉਹਨਾਂ ਤੋਂ ਦੂਰ ਚਲੇ ਜਾਵੇਗਾ। ਪਿਤਾ ਹਰਪ੍ਰੀਤ ਕੁਮਾਰ ਬੱਚੇ ਨੂੰ ਕਾਰ ਦੇ ਵਿੱਚ ਲੈ ਕੇ ਜਾ ਰਹੇ ਸੀ। ਮੁਕੰਦਪੁਰ ਬੰਗਾ ਰੋਡ ਤੇ ਪਿੰਡ ਗੁਣਾ ਚੌਰ ਦੇ ਕੋਲ ਇੱਕ ਟਰੈਕਟਰ ਟਰਾਲੀ ਗੰਨੇ ਨਾਲ ਭਰੀ ਹੋਈ ਸੀ ਪਲਟੀ ਹੋਈ ਸੀ, ਜੋ ਰਾਤ ਵੇਲੇ ਕਾਰ ਚਾਲਕਾਂ ਨੂੰ ਦਿਖਾਈ ਨਹੀਂ ਦਿੱਤੀ ਤੇ ਕਾਰ ਟਰਾਲੀ ਦੇ ਨਾਲ ਟਕਰਾ ਗਈ, ਜਿਸ ਕਾਰਨ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਕਾਰ ਸਵਾਰ ਅਤੇ ਛੋਟਾ ਮਾਸੂਮ ਬੱਚਾ ਇਸ ਦੁਨੀਆ ਨੂੰ ਅਲਵਿਦਾ ਗਿਆ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਜਿਸ ਮਾਂ ਬਾਪ ਦਾ ਇੱਕ ਦਿਨ ਬਾਅਦ ਹੀ ਬੱਚਾ ਉਹਨਾਂ ਤੋਂ ਦੂਰ ਚਲਾ ਜਾਵੇ, ਹਾਦਸੇ ਦੇ ਵਿੱਚ ਜਾਨ ਚਲੀ ਜਾਵੇ, ਤੁਸੀਂ ਸਮਝ ਸਕਦੇ ਹੋ ਕਿ ਉਸ ਮਾਂ ਬਾਪ ਤੇ ਉਸ ਪਰਿਵਾਰ ਤੇ ਕੀ ਬੀਤੀ ਹੋਵੇਗੀ। ਹਾਲਾਂਕਿ ਪੁਲਿਸ ਹੁਣ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੀ ਹੈ ਤੇ ਕਾਨੂੰਨੀ ਕਾਰਵਾਈ ਦੀ ਵੀ ਗੱਲ ਕਹਿ ਰਹੀ ਹੈ, ਪਰ ਛੋਟਾ ਮਾਸੂਮ ਬੱਚਾ ਜਿਹੜਾ ਇਸ ਦੁਨੀਆਂ ਦੇ ਵਿੱਚ ਆਇਆ ਸੀ ਜਨਮ ਤੋਂ ਮਹਿਜ਼ ਕੁਝ ਘੰਟਿਆਂ ਬਾਅਦ ਹੀ ਇਸ ਜਹਾਨ ਤੋਂ ਤੁਰ ਗਿਆ ਹੈ। ਸਾਡਾ ਪਿੰਡ ਵਿੱਕੀ ਨਾਂ ਦਾ ਮੁੰਡਾ ਹੈਗਾ ਆ, ਟੀਵੀ ਦਾ ਕੰਮ ਕਰਦਾ ਆ। ਉਹਦੀ ਮਿਸਿਜ ਹੈਗੀ, ਉਹਦੇ ਬੱਚੀ ਬੱਚਾ ਹੋਣ ਵਾਲਾ ਸੀਗਾ, ਉਹ ਸਿਵਲ ਹਸਪਤਾਲ ਮੁਕੰਦਪੁਰ ਲੈ ਕੇ ਆਏ ਆ। ਬੱਚੇ ਦੀ ਪੈਦਾਇਸ਼ ਵਧੀਆ ਢੰਗ ਨਾਲ ਹੋ ਗਈ, ਇਹਨਾਂ ਡਾਕਟਰਾਂ ਨੇ ਕਿਹਾ ਵੀ ਇਹਨੂੰ ਉੱਥੇ ਮੰਗੀ ਲੈ ਜਾਓ, ਦਵਾਈ ਵਗੈਰਾ ਟੀਕਾ ਵਗੈਰਾ ਜੋ ਵੀ ਲੱਗਣਾ ਸੀਗਾ ਉੱਥੇ ਲਵਾ ਲਿਆ। ਰਸਤੇ ਵਿੱਚ ਜਿਹੜੇ ਗੁੜਾ ਚੌਰ ਇਹਨਾਂ ਨੇ ਪਾਰ ਕੀਤਾ, ਇੱਕ ਟਰੈਕਟਰ ਗੰਨਿਆਂ ਦਾ ਭਰਿਆ ਹੋਇਆ ਟਰੈਲੀ ਪਲਟੀ ਹੋਈ ਸੀ ਰਾਹ ਦੇ ਵਿੱਚ, ਪਲਟੀ ਇਸ ਤਰ੍ਹਾਂ ਇਸ ਹਿਸਾਬ ਨਾਲ ਸੀਗੀ ਅਤੇ ਉਹ ਰਸਤਾ ਪੂਰੇ ਦਾ ਪੂਰਾ ਬਲੋਕ ਕੀਤਾ ਹੋਇਆ ਸੀਗਾ। ਇਹਨਾਂ ਨੂੰ ਨਹੀਂ ਦਿਸਿਆ ਅਤੇ ਗੱਡੀ ਉਸ ਟਰਾਲੀ ਦੇ ਵਿੱਚ ਵੱਜ ਗਈ ਅਤੇ ਉੱਥੇ ਟਰੈਲੀ ਵਿੱਚ ਵੱਜਣ ਕਾਰਨ ਇਹਨਾਂ ਦੇ ਕਾਫੀ ਸੱਟਾਂ ਲੱਗ ਗਈਆਂ। ਆਸ਼ਾ ਵਰਕਰ ਸੀ, ਉਹਦੀ ਹੱਡੀ ਦੋ ਤਿੰਨ ਜਗ੍ਹਾ ਤੋਂ ਬਾਂਹ ਫਿਕਚਰ ਹੋ ਗਈ ਆ, ਉਹਦੇ ਡਰਾਈਵਰ ਦੀ ਸੱਟਾਂ ਲੱਗੀਆਂ ਔਰ ਬੱਚੇ ਦੀ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਉੱਥੇ 5-7 ਮਿੰਟ ਦੇ ਵਿੱਚ ਵਿੱਚ ਹੀ। ਇਹ ਬਹੁਤ ਬੁਰੀ ਖਬਰ ਆ ਜਿਹੜੀ ਘਟਨਾ ਘਟੀ ਆ, ਇਹਦੇ ਨਾਲ ਸਾਨੂੰ ਬਹੁਤ ਹੀ ਦੁੱਖ ਲੱਗਾ ਔਰ ਉਹਨਾਂ ਟਰੈਲੀ ਵਾਲਿਆਂ ਨੇ ਕੋਈ ਰੋਕ ਨਹੀਂ ਸੀ ਲਾਈ, ਉੱਥੇ ਕੋਈ ਟਰੈਕਟਰ ਵਾਲਾ ਨਹੀਂ ਸੀ ਮੌਕੇ ਦੇ ਉੱਤੇ, ਕੋਈ ਰੋਕ ਨਹੀਂ ਸੀ ਲਾਈ। ਪਹਿਲਾਂ ਸੀ ਜਾਂ ਹੋਰ ਪਹਿਲਾਂ ਬੱਚੇ? ਪਹਿਲਾ ਬੱਚਾ ਉਹਨਾਂ ਦੇ ਘਰ।
ਇਹ ਐਕਸੀਡੈਂਟ ਗੁਣਾਚੌਰ ਦੇ ਕੋਲ ਨਾ ਵਿੱਕੀ ਸਨ ਆਫ ਰਾਮ ਲੋਹਾਇਆ ਜੁੜ ਕੇ ਬਖਲੌਰ ਦਾ ਸੀਗਾ। ਆਲਟੋ 800 ਗੱਡੀ 'ਤੇ ਜਾ ਰਹੇ ਸੀ ਆਪਣੀ ਫੈਮਿਲੀ ਨਾਲ। ਉਹਨਾਂ ਦੇ ਨਾਲ ਇੱਕ ਬੱਚਾ ਸੀਗਾ, 1-2 ਦਿਨ ਦਾ ਬੱਚਾ ਸੀਗਾ। ਅਤੇ ਸਾਹਮਣੇ ਇੱਕ ਨਾ ਟਰਾਲੀ ਦਾ ਪਹਿਲਾਂ ਤੋਂ ਹੀ ਐਕਸੀਡੈਂਟ ਪਲਟੀ ਹੋਈ ਸੀਗੀ, ਉਹਦੇ ਨਾਲ ਟੱਕਰ ਹੋ ਗਈ ਆ। ਅਤੇ ਟਰਾਲੀ ਉਹ ਇੰਨਾ ਕੁ ਵੈਰੀਫਾਈ ਹੋਇਆ ਕਿ ਉਹ ਝਿੰਗੜਾ ਦੀ ਆ। ਅਤੇ ਬਾਕੀ ਸਾਡੇ ਕੋਲ ਸਟੇਟਮੈਂਟਸ ਹਲੇ ਪਰਿਵਾਰ ਦੀ ਕੋਈ ਵੀ ਨਹੀਂ ਆਈ। ਐਕਸੀਡੈਂਟ ਜਿਹੜੀ ਗੱਡੀ ਦਾ ਹੋਇਆ ਉਹ ਜਿਹੜੀ ਅੱਗੇ ਆ ਵੈਰੀਫਾਈ ਕਰਕੇ ਅਸੀਂ ਜੋ ਵੀ ਸਾਡੇ ਕੋਲ ਸਟੇਟਮੈਂਟ ਆਏਗੀ ਅਸੀਂ ਉਸ ਤਰੀਕੇ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਕੋਈ ਇਸ ਦੇ ਵਿੱਚ ਮੌਤ ਵੀ ਹੋਈ ਆ ਕਿਸੇ ਦੀ? ਜਿਹੜਾ ਇੱਕ ਦਿਨ ਦਾ ਬੱਚਾ ਸੀਗਾ ਉਹਦੀ ਡੈਥ ਹੋ ਗਈ ਆ। ਤੇ ਕਾਰਵਾਈ ਫਿਰ ਕੀ ਅਮਲ ਦੇ ਵਿੱਚ ਲਿਆਂਦੀ ਜਾਊਗੀ? ਅਸੀਂ ਬੱਚੇ ਦੇ ਪੇਰੈਂਟਸ ਦੀ ਸਟੇਟਮੈਂਟ ਲਵਾਂਗੇ, ਬੱਚੇ ਦੇ ਪੇਰੈਂਟਸ ਦੀ ਜੋ ਵੀ ਸਟੇਟਮੈਂਟ ਆਏਗੀ ਉਸ ਦੇ ਅਕੋਰਡਿੰਗ ਸਾਡੀ ਕਾਰਵਾਈ ਹੋਵੇਗੀ।